ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਮੈਂ ਮਿਲਟਨ ਸਿੰਘ, ਖਿਚੜੀ ਖਬਰਾਂ 365 ਵੱਲੋਂ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਵੈਸੇ ਤਾਂ ਅੱਜ ਕੱਲ੍ਹ ਤੱਤੀ ਲੂਹ ਚੱਲ ਰਹੀ ਹੈ, ਲੇਕਿਨ ਨਿੱਘ ਦੀ ਗੱਲ ਕਰੀਏ ਤਾਂ ਠੰਡ ਦਾ ਖਿਆਲ ਆਉਂਦਾ ਹੈ। ਠੰਡ ਦਾ ਖਿਆਲ ਆਏ ਤਾਂ ਫਿਰ ਰਜਾਈ 'ਚ ਬੈਠ ਕੇ ਰਿਓੜੀਆਂ ਅਤੇ ਮੂੰਗਫਲੀ ਖਾਣ ਦਾ ਖਿਆਲ ਆਉਂਦਾ ਹੈ, ਲੇਕਿਨ ਨਹੀਂ, ਅੱਜ ਮੈਂ ਤੁਹਾਡੇ ਵਾਸਤੇ ਬੜੀ ਧਮਾਕੇਦਾਰ ਖਬਰ ਲੈ ਕੇ ਆਇਆ। ਪਿਛਲੇ 7 ਸਾਲਾਂ ਤੋਂ ਜਿਹੜੇ ਵੀ ਨਿਊਜ਼ ਚੈਨਲ ਨੂੰ ਬੈਸਟ ਚੈਨਲ ਦਾ ਅਵਾਰਡ ਮਿਲ ਰਿਹਾ ਸੀ, ਇਸ ਵਾਰ ਉਹਨੂੰ ਨਹੀਂ ਮਿਲਿਆ, ਕਿਉਂਕਿ ਇਸ ਵਾਰ ਸਾਡਾ ਤੁੱਕਾ ਲੱਗ ਗਿਆ। ਆਓ ਦਰਸ਼ਕੋ, ਹੁਣ ਅਸੀਂ ਤੁਹਾਨੂੰ ਬੁਲਾਈਏ ਆਪਣੇ ਆਫਿਸ ਦੀ ਕੇਅਰ ਟੇਕਰ ਨਾਲ। ਸਾਡੇ ਆਫਿਸ ਦੀ ਚਪਰਾਸੀ ਰਮੋਲਾ ਜੀ। ਕੀ ਗੱਲ ਹੈ ਮਿਲਟਨ ਜੀ, ਤੁਸੀਂ ਤੇ ਮੇਰਾ ਨਾਮ ਹੀ ਭੁੱਲ ਗਏ ਹੋ। ਮੇਰਾ ਨਾਮ ਕੇਅਰ ਟੇਕਰ ਨੇ ਰਾਮ ਦਿੱਤੀ ਹੈ। ਓਏ ਤਾਂ ਦੁੱਖ ਹੈ, ਰਾਮ ਨੇ ਕਿਉਂ ਦਿੱਤੀ ਹੈ? ਕੀ ਕਿਹਾ? ਚੱਲ ਕਰਾਤੀ ਨਾ, ਤੂੰ ਸਮਝਿਆ ਕਰੋ ਯਾਰ, ਇਹ ਟੈਲੀਵਿਜ਼ਨ ਹੈ, ਸ਼ੋਅ ਬਿਜ਼ਨਸ ਹੈ। ਲੈਟਾਂ, ਕੈਮਰੇ, ਲਟਕੇ ਝਟਕੇ, ਰਮੋਲਾ ਵਰਗੇ ਜੈਂਕੀ ਨਾਮ ਵੀ ਚੱਲਦੇ ਨੇ ਅੱਜ ਕੱਲ੍ਹ। ਤੁਸੀਂ ਕੰਮ ਕਰੋ, ਤੁਸੀਂ ਤੁਲਸੀ ਭਾਬੀ ਵਾਕਨ ਹੱਥ ਜੋੜ ਕੇ ਦਰਸ਼ਨਾਂ ਨੂੰ ਸਤਿ ਸ਼੍ਰੀ ਅਕਾਲ ਕਹੋ, ਅਤੇ ਫਿਰ ਇਹ ਦੱਸੋ ਕਿ ਇਸ ਅਵਾਰਡ ਬਾਰੇ ਤੁਹਾਡਾ ਕੀ ਖਿਆਲ ਹੈ। ਨਹੀਂ ਮੈਡਮ ਪੱਪੀ, ਨਾ ਥੋੜ੍ਹਾ ਤੋਂ ਖਿਆਲ ਹੈ, ਮਗਰ ਬੜੀ ਸੋਹਣੀ ਅਤੇ ਸਵੀਟ ਕੁੜੀ ਹੈ। ਇਹ ਕਦੀ ਕਦੀ ਰਿਪੋਰਟਿੰਗ ਵੀ ਕਰ ਲੈਂਦੇ ਨੇ, ਕਦੀ ਕਦੀ ਕੈਮਰੇ 'ਤੇ ਵੀ ਹੱਥ ਮਾਰ ਲੈਂਦੇ ਨੇ, ਪਰ ਇਹਨਾਂ ਦੀ ਸਭ ਤੋਂ ਸਪੈਸ਼ਲ ਖਾਸੀਅਤ ਇਹ ਹੈ ਕਿ ਇਹਨਾਂ ਨੂੰ ਖਾਣ ਪੀਣ ਦਾ ਬੜਾ ਸ਼ੌਕ ਹੈ। ਕਦੀ ਜਲੇਬੀਆਂ, ਕਦੀ ਰਸਗੁੱਲੇ, ਕਦੀ ਰਸ ਮਲਾਈ, ਪਤਾ ਨਹੀਂ ਕੀ ਕੀ, ਮਤਲਬ ਬਣਾਉਣ ਬੰਦਾ ਥੱਕ ਜਾਂਦਾ, ਪਰ ਇਹ ਖਾਂਦਿਆਂ ਨਹੀਂ ਥੱਕਦੇ। ਕੈਮਰਾ ਉੱਚੇ ਕਰ ਰਹੇ, ਹਾਂਜੀ। ਬਾਕੀ ਰਹਿ ਗਈ ਮੇਰੀ ਗੱਲ, ਹੁਣ ਕੀ ਇਹਨਾਂ ਬੰਦਾ ਆਪਣੀ ਤਾਰੀਫ ਕਰਦਾ ਹੋਇਆ ਚੰਗਾ ਜਾਂ ਨਹੀਂ ਲੱਗਦਾ। ਮੈਂ ਹਾਂ ਜੀ ਮਿਲਟਨ ਸਿੰਘ, ਐਡੀਟਰ, ਰਿਪੋਰਟਰ, ਤੁਸੀਂ ਜੋ ਵੀ ਕਹਿ ਲਓ, ਲੇਕਿਨ ਜਿੰਨੇ ਕੁ ਵੀ ਚੀਜ਼ਾਂ ਦੇ ਪਿੱਛੇ ਡਰ ਲੱਗਦੇ ਨੇ ਨਾ, ਉਹ ਸਭ ਮੈਂ ਹੀ ਹਾਂ ਜੀ। ਯਾਨੀ ਕਿ ਖਿਚੜੀ ਚੈਨਲ ਦੀ ਵਨ ਮੈਨ ਆਰਮੀ, ਯਾਨੀ ਕਿ ਖਿਚੜੀ ਖਬਰਾਂ ਦਾ ਟੋਟਲ ਕਰਤਾ ਧਰਤਾ। ਮੈਂ ਤੇਰੇ ਕੀ ਵਿਗਾੜਿਆ, ਤੂੰ ਮੇਰੇ ਗੋਡੇ ਤੋੜਨ ਲੱਗੀ ਹੈ। ਗੋਡੇ ਤੋੜਨਾ ਨਹੀਂ, ਮੇਰਾ ਕਹਿਣ ਦਾ ਮਤਲਬ ਹੈ ਫੇਫੜੇ ਨਹੀਂ ਕਹਿੰਦੇ, ਗੁੱਡ ਮਾਰਨਿੰਗ। ਹੋਇਆ ਹੋਇਆ ਹੋਇਆ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਕੀ ਗੱਲ ਹੈ, ਲੱਗੀ ਨਾ ਸੀ ਤੇਰੇ ਵਿਹਲੇ ਕੰਮ। ਵਿਹਲੇ ਕੰਮ? ਤੇਰਾ ਕੀ ਮਤਲਬ, ਮੈਂ ਸਾਰੇ ਕੰਮ ਵਿਹਲੇ ਕਰਦਾ? ਮੈਨੂੰ ਲੱਗਦਾ ਮੈਂ ਫੇਰ ਕੀ ਗੜਬੜ ਕੀਤੀ ਆ। ਮਿਲਟਨ ਜੀ, ਮੇਰੇ ਕਹਿਣ ਦਾ ਮਤਲਬ ਹੈ ਜੀ ਆਇਆਂ ਨੂੰ। ਹੋਇਆ ਹੋਇਆ ਹੋਇਆ, ਵੈਲਕਮ ਬੋਲਦੇ, ਵੈਲਕਮ। ਤੂੰ ਕੀ ਅੰਗਰੇਜ਼ੀ ਸਿੱਖੀ? ਕੀ ਸਿੱਖਿਆ? ਮੈਂ ਦੋ ਪੋਇਮ ਸਿੱਖੀ, ਸੁਣਾਵਾ? ਦੱਸਦਾ। ਇੱਕ ਹੈਗੀ ਹੈ ਜਾਨੀ ਜਾਨੀ ਯੈਸ ਪਾਪਾ, ਈਟਿੰਗ ਸ਼ੂਗਰ ਨੋ ਪਾਪਾ, ਦੂਜੀ ਹਾਂ ਟਵਿੰਕਲ ਟਵਿੰਕਲ ਲਿਟਲ ਸਟਾਰ, ਹਾਊ ਆਈ ਵੰਡਰ ਵਾਟ ਯੂ ਆਰ। ਸਤਿ ਸ਼੍ਰੀ ਅਕਾਲ ਅਤੇ ਗੁੱਡ ਮਾਰਨਿੰਗ। ਅੱਜ ਸੋਨਾ ਜੀ ਮੇਰੇ ਨਾਲ ਬੜੀ ਮਨ ਭਾਵਨ ਨਿਊਜ਼ ਪੜ੍ਹਨਗੇ, ਕਿਉਂਕਿ ਇਹਨਾਂ ਦੇ ਸਿਰ ਤੋਂ ਬਹੁਤ ਵੱਡੀ ਪੁੱਥਰ ਟਲੀ ਹੈ, ਇਸ ਕਰਕੇ ਇਹ ਬਹੁਤ ਖੁਸ਼ ਨੇ। ਆਓ ਅਸੀਂ ਪੜ੍ਹੀਏ ਅੱਜ ਦੀਆਂ ਮੁੱਖ ਖਬਰਾਂ। ਅੱਜ ਲੁਧਿਆਣੇ ਵਿੱਚ ਦੋ ਡਾਕਟਰਾਂ ਵਿੱਚ ਪੰਗਾ ਪੈ ਗਿਆ। ਪੰਗੇ ਦਾ ਕਾਰਨ ਸੀਗਾ ਕਿ ਅੰਡਾ ਵੈਜ ਹੁੰਦਾ ਹੈ ਕਿ ਨੌਨ ਵੈਜ ਹੁੰਦਾ ਹੈ। ਆਓ, ਅਤੇ ਕਪੂਰਥਲੇ ਵਿੱਚ ਇੱਕ ਬੰਦਾ ਆਪਣੇ ਨਿਆਣੇ ਨੂੰ ਕੁੱਟਦਾ ਹੋਇਆ ਫੜਿਆ ਗਿਆ, ਅਤੇ ਜਦ ਸਾਡੇ ਰਿਪੋਰਟਰ ਨੇ ਪੁੱਛਿਆ ਕਿ ਤੁਸੀਂ ਉਹਨੂੰ ਕਿਉਂ ਕੁੱਟ ਰਹੇ ਹੋ, ਤਾਂ ਉਹਨੇ ਕਿਹਾ ਕਿ ਕੱਲ੍ਹ ਇਹਦਾ ਰਿਜ਼ਲਟ ਨਿਕਲਣ ਵਾਲਾ ਹੈ। ਸਾਡੇ ਰਿਪੋਰਟਰ ਨੇ ਪੁੱਛਿਆ, ਰਿਜ਼ਲਟ ਤਾਂ ਕੱਲ੍ਹ ਨਿਕਲਣ ਵਾਲਾ ਹੈ, ਤੁਸੀਂ ਕੁੱਟ ਅੱਜ ਰਹੇ ਹੋ, ਕਾਰਨ ਕੀ ਹੈ? ਤਾਂ ਉਹਨੇ ਕਿਹਾ ਕਿ ਕੱਲ੍ਹ ਮੈਂ ਆਊਟ ਆਫ ਸਟੇਸ਼ਨ ਜਾ ਰਿਹਾ। ਇੰਟਰਵਿਊ ਹੈ ਮੇਰਾ। ਹਾਂ ਤਾਂ ਫਿਰ ਬੈਠੋ। ਅਸੀਂ ਤਾਂ ਆਪਣਾ ਇੰਟਰੋਡਕਸ਼ਨ ਦੇ ਤਾ, ਤੁਹਾਡਾ ਨਾਂ ਕੀ ਹੈ? ਜੀ ਮੇਰਾ ਨਾਂ ਪੈਗੀ ਬਰਮਿੰਗਮ ਹੈ। ਤੇਰੇ ਦਾ ਨਾਂ ਤੇ ਲੋਕਾਂ ਨੂੰ ਇਤਰਾਜ਼ ਹੋ ਸਕਦਾ ਹੈ? ਉਹ ਕਿੱਥੋਂ ਦਾ ਪੰਜਾਬੀ ਹੈ ਯਾਰ ਤੂੰ? ਜੀ ਮੈਂ ਸਾਹਨੇਵਾਲ ਦਾ ਰਹਿਣ ਵਾਲਾ। ਓ ਮੈਂ ਤਾਂ ਧਰਮ ਭਾਜੀ ਦੇ ਪਿੰਡ ਦਾ ਹੈ, ਮੇਰਾ ਨਾਮ ਤਾਂ ਲੌਬੀ ਦਿਓਲ ਜਾਂ ਬੰਨੀ ਦਿਓਲ ਹੋਣਾ ਚਾਹੀਦਾ। ਇਹ ਪੁੱਠਾ ਨਾਂ ਕਿਹਨੇ ਰੱਖਤਾ ਤੇਰਾ? ਬੇਬੀ ਨੇ ਪਗਬੀਰ ਦਾ ਪੈਗੀ ਕਰਤਾ ਤੇ ਬਾਪੂ ਨੇ ਨਾਂ ਦੇ ਪਿੱਛੇ ਸ਼ਹਿਦ ਨਾਂ ਲੱਤਾ, ਤੇ ਆਈ ਮੀਨ ਪੈਗੀ ਬਰਮਿੰਗਮ ਜਾਂ ਬਣ ਗਿਆ ਹੈ। ਯਾਨੀ ਕਿ ਤੇਰਾ ਮਤਲਬ ਹੈ ਮੈਂ ਕਪੂਰਥਲੇ ਦਾ ਤੇ ਮੈਂ ਰੱਖ ਲਾਂ ਮਿਲਟਨ ਕਪੂਰਥਲਾ। ਲੈ ਬਈ, ਕਿਹੜੇ ਚੈਨਲ 'ਚ ਕੰਮ ਕੀਤਾ ਤੂੰ? ਜੀ ਮੈਂ ਨੱਚਦਾ ਚੈਨਲ ਵਿੱਚ ਕੰਮ ਕਰਦਾ ਸੀਗਾ। ਨਾ ਜਿੱਥੋਂ ਤੇਰਾ ਚੈਨਲ ਹੈ ਉੱਥੇ ਬੰਦੇ ਵੱਜਦੇ? ਜੀ ਮਤਲਬ ਜੀ ਤੁਹਾਡਾ ਮਤਲਬ ਮੇਰਾ ਚੈਨਲ ਕੋਈ ਜੰਗਲ 'ਚ ਥੋੜ੍ਹੀ ਸੀ? ਨਾ ਜਿਹੋ ਜਿਹੇ ਨਾਂ ਲੈ ਰਿਹਾ ਮੈਨੂੰ ਉਹੋ ਜਿਹਾ ਲੱਗਦਾ। ਅੱਛਾ, ਕਿਹੜੇ ਕਿਹੜੇ ਪ੍ਰੋਗਰਾਮ ਹੁੰਦਾ ਸੀ ਤੁਹਾਡੇ ਚੈਨਲ ਉੱਤੇ? ਸਾਰੇ ਰੈਡੀਮਿਕਸ ਆਉਂਦੇ ਸੀ ਉੱਥੇ। ਓਏ ਤਾਂ ਇਹ ਬੰਦਾ ਮਿਕਸ ਬਰੀਡ ਦਾ ਲੱਗਦਾ। ਨਹੀਂ ਨਹੀਂ ਮਿੰਟ ਜੀ, ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਬਸ ਇਹਨੂੰ ਰੱਖ ਲਓ। ਅੱਛਾ, ਉਹ ਇਹ ਦੱਸ ਬਾਈ, ਤੂੰ ਸੈਂਟਾ ਵੈਂਟਾ ਤਾਂ ਨਹੀਂ ਲਾਉਂਦਾ? ਲਾਉਂਦਾ ਜੀ। ਇਹਨੂੰ ਕਹੋ ਜੇ ਸਾਡੇ ਚੈਨਲ 'ਚ ਕੰਮ ਕਰਨਾ ਤਾਂ ਸੈਂਟਾ ਲਾਉਣੀਆਂ ਬੰਦ ਕਰਨੀਆਂ ਪੈਣੀਆਂ। ਵੈਸੇ ਵੀ ਅਸੀਂ ਇੱਕ ਸੈਂਟ ਵਾਲੇ ਤੋਂ ਬੜੇ ਪਰੇਸ਼ਾਨ ਹਾਂ। ਠੀਕ ਹੈ ਜੀ,
ओके हाँ नाले नु को कि भाई कैबिन च बैठ के किसी ना गल नहीं करनी यू आर सिक मैन सिक ओ मैं एडी वडी टर्बन पाई इनु दिखदी नहीं सिक आई एम सिक एक सेकंड मिस्टर पैकी तुसी कैबिन च कभी गल नहीं करोगे ठीक है ओके जी तुम्हारी मर्जी तुम्हारी मर्जी मेरी मर्जी के पूल लड़ते जी तन्नो व्हाट पूल पूंड पूंड नहीं पता कितना तो पंजाबी है यार तू जिस दिन पूंड बटन गया ना उस दिन पता लगूगा पूंड की होता है सोना जी हाँ जी तुम्हारी हाथ दी लकीरा बहुत ही सोनी है सच्ची हाँ जी बिल्कुल तुम्हारे वर्गी पर मिल्टन जी कुड़िया ली था खब्बा हाथ होता है ना खब्बा होता है खब्बा भी देख लेने आई जी की है ये देखो तुम्हारी ये जड़ी हाथ दी लकीर है ये जा रही है गई गुड़गांव ये आ गई ये जड़ी लकीर है ये है कि ये तुम्हारी लव लव दी लकीर ये जा रही है इतने कपूर थले ये भी आ गई बाबू लकीर की खास गल बंदे नाल होएगा एहोज बंदे नाल होएगा मतलब एहोज बंदे नाल होएगा जो तुहानू बहुत प्यार करदा झूठ कोरा झूठ तुसीं चर्चा कीती है कि कैबिन किहो जिहा बनाया जाए जिहदे विच स्टाफ ना दे सके अंदर की हो रहा है ताकि तुहाडे हम आपके कौन दे चार चार शोर चलन रोज चार चार शोर बकवास करदा तू बकवास करदा तुसीं निरी आशकी भोरी आशकी झूठ है लगातार बार बार जानकारी देंदे रहांगे खिचड़ी खबर Mrs. Rekha Tandon, Chairperson, Tandon Group of Industries. तो आपने मेरा अकाउंट सेटल कर दिया राइट देखो सूरज मैंने कभी भी किसी भी चीज के लिए तुम्हें ना नहीं कहा हमेशा तुम्हें जो चाहिए था वो सब मैंने तुम्हें दिया फिर इस तरह से बोर्ड मेंबर्स के सामने मुझे एम्बैरेस करने की क्या जरूरत थी स्कॉच ऑन द रॉक्स फॉर यू टू बनाऊं पैग आपके लिए शर्म आनी चाहिए तुम्हें शर्म और मुझे शर्म किसे आनी चाहिए ये आपसे बेहतर कौन जानता होगा कुछ भूल रही हैं आप या फिर याद दिलाऊं मैं वैसे शर्म तो मुझे ही आनी चाहिए उस दिन जब बुआ माँ क्या परफेक्ट टाइमिंग है आपकी अच्छा तो प्रसाद देने आए हैं आप पर एक कंडीशन है मेरी आपका प्रसाद मैं तभी लूंगा जब आप मेरा प्रसाद चखेंगी चले कुछ भी बोलता रहता है नास्तिक कहीं का कभी तो भगवान में आस्था रखा कर आस्था आस्था किस पर रखूं अगर आपका वो भगवान ऊपर होता ना तो यहाँ नीचे कुछ भी गलत नहीं हो रहा होता हेलो ठकराल बोलो ठकराल तो क्या सोचा आपने हेमंत साहब मैंने फैसला कर लिया है मैं ये प्रॉपर्टी नहीं बेचूंगा जल्दबाजी का फैसला है हेमंत साहब मुझे लगता है 24 घंटे काफी नहीं थे फैसले के लिए काफी थे और मेरा फैसला आप नहीं बदलेगा बदलेगा हेमंत साहब मुझे लगता है कि इस तरह हमें फोन पर बात नहीं करनी चाहिए आप मुझे पहले एक बार मिल लीजिए हम बात कर लेते हैं उसके बाद जो भी आपका फैसला हो कहाँ मिलना है वो मैं फोन करके बताऊंगा हेमंत साहब मैं नहीं चाहता कि आप जल्दबाजी में कोई फैसला करें और मैं जल्दबाजी में कोई कदम उठा लूं और तमाशा हो जाए क्या ना कि शांति बहुत पसंद है मुझे और शांति की तरफ मेरा ये आखिरी कदम होगा ठकराल अनाम भी सुना है
और अखबारों में तुम्हारी तस्वीर भी देखी है पुलिस के साथ, है ना? वो सब तो चलता रहता है हेमंत साहब। वो क्या ना कि अमीर लोगों को परेशान करना पुलिस की पुरानी आदत है। मिस्टर ठकराल, आप इस शहर में अकेले अमीर नहीं हैं। काम की बात कीजिए। गुड, सीधे सीधे काम की बात पे आ जाना मुझे बहुत पसंद आया। खैर, इस फाइल में कुछ पेपर्स हैं, उस पर आपके दस्तखत चाहिए। क्या है ये पेपर्स? इसमें लिखा है कि आपका गिरगांव वाला जो प्लॉट है वो आप मुझे बेच रहे हैं। हाँ, वहाँ एक एड एजेंसी हुआ करती थी जो अब बंद हो चुकी है, और नीचे कुछ दुकानें थी जो अब कुछ खास चलती नहीं है। तो बेहतर यही होगा कि आप वो प्लॉट मुझे बेच दीजिए। वो क्या है ना कि आपके प्लॉट के बगल वाला प्लॉट मेरा है, और मैं चाहता हूँ कि इन दोनों पर एक बहुत बड़ा और आलीशान शॉपिंग मॉल बनाया जाए। मैं इस प्लॉट को बेचने में इंटरेस्टेड नहीं हूँ। पर मैं खरीदने में इंटरेस्टेड हूँ मिस्टर हेमंत। वो क्या है ना कि आपने न्यूज़पेपर में मेरी तस्वीर तो देखी है, मगर उस तस्वीर के साथ एक रिपोर्ट भी छपी थी मेरे बारे में। चाहिए, पहले वो रिपोर्ट पढ़िए, फिर फैसला कीजिए कि आप ये प्लॉट मुझे बेचेंगे या नहीं। नहीं, प्लॉट नहीं बेचूंगा मिस्टर ठकराल। जल्दी नहीं है हेमंत साहब, कल मैं फिर आऊंगा ये फाइल वापस लेने। वो क्या है ना कि इंसान जुर्म नहीं करता, मगर ये समाज करवाता है।